सत श्री अकाल जी, न्यूज़ 26 वेखदे सारे दर्शकों का स्वागत है। मैं हाँ लखविंदर सिंह गिल। दोस्तों, असी खड़े हाँ रेलवे स्टेशन खन्ना विखे। इत्थे काले कानून दियां बिलां दियां कॉपियां साड़ के किसानों वालों रोस प्रदर्शन किया गया। साढ़े नाल किसान ने उन्हां नाल गल करदे हाँ। गुरदयाल सिंह फौजी साहब, हाँ जी, वाहिगुरु जी का खालसा वाहिगुरु जी की फतेह। मैं मीडिया का बहुत धन्यवाद करदा जो कि अपना टाइम निकाल के साढ़े को आए ने। मैं सिर्फ दो ही गल्लां कहना चाहुंदा मोदी नूं। मोदी साहब, ये साड़ियां मंगां तुसीं मन्ननियां चाहीदियां ने। असी अज दुखी हो के अज असी घरां दे विच बैठ के होली मनाउणी सी और सानूं इत्थे धरने दे आ के तुहानूं साड़ियां तुहाडियां कापियां फूकणियां पईआं। जिहड़े काले कानून दित्ते ने इह रद्द करने चाहीदे ने। जो जवान, जो किसान, जो भी है, असी साबका सैनिक भी इन्हां दे नाल खड़े हाँ, मोढ़े नाल मोढ़ा जोड़ के खड़े हाँ। ये थोनू रैलियां सोचदियां ने और सानू ये काले कानून नहीं चाहिए। इस करके आपका ये काले कानून वापस लो ताकि अपने जो जिमीदार भरा जां साबका सैनिक उत्थे बैठे ने सरहद ते उन्होंने अपने अपने घर आना पवे। अज होली का त्यौहार है, सारे अपने अपने घर होली का त्यौहार मना रहे हैं, लेकिन असी दुखी हो के थोड़े काले कानून दियां कापियां फूक रहे हैं। ये थोनू बहुत शर्म होनी चाहिए आ। मोदी साहब, थोड़ा जा सोचो, तुसीं एक दो घराणियां नूं ही देख रहे हो, बाकी किसी नूं नहीं देख रहे। ये जनता दे विच तुसीं टावर बेचते, तुसीं रेल गड्डी बेचती, एयरपोर्ट बेचते, सब कुछ बेचता, बाकी कुछ नहीं रहा। मैं ये बेनती करता नरेंद्र मोदी साहब तुहाडे को कि तुसीं काले कानून जो है वापस लो। वाहिगुरू जी का खालसा, वाहिगुरू जी की फतेह। ਤੁਹਾਡੇ ਨਾਲ ਤਾਂ ਜੀ ਦਾ ਖੜੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਕਲਹਾ ਜੀ। ਅਸੀਂ ਅੱਜ ਸੰਯੁਕਤ ਮੋਰਚੇ ਵੱਲੋਂ ਜਿਵੇਂ ਕਾਲ ਆਈ ਸੀ ਕਿ ਕਾਲੇ ਕਾਨੂੰਨ ਨੇ ਜਿਹੜੇ ਹੌਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਫੂਕਣੇ ਆ, ਕਿਉਂਕਿ ਇਹ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ, ਮਜ਼ਦੂਰ ਵੀਰਾਂ ਨੂੰ, ਕਿਸੇ ਵਰਗ ਨੂੰ ਇਹ ਕਾਲੇ ਕਾਨੂੰਨ ਜਿਹੜੇ ਕਬੂਲ ਨਹੀਂ ਹੈਗੇ। ਸਾਡੇ ਨਾਲ ਆਰਮੀ ਤੋਂ ਰਿਟਾਇਰ, ਮਤਲਬ ਹਰ ਇੱਕ ਵਰਗ ਆ, ਚਾਹੇ ਉਹ ਜ਼ਿਮੀਂਦਾਰ ਹੈ, ਚਾਹੇ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਆਰਮੀ 'ਚੋਂ ਨੇ, ਜਾਂ ਸਰਕਾਰੀ ਨੇ, ਪ੍ਰਾਈਵੇਟ ਨੇ, ਹਰ ਇੱਕ ਵਰਗ ਸਾਡੇ ਨਾਲ ਅੱਜ ਇਕਜੁੱਟ ਹੋ ਕੇ ਜੰਗ ਲੜ ਰਿਹਾ ਹੈ ਅਤੇ ਅਸੀਂ ਜੰਗ ਜਿੱਤਾਂਗੇ ਜ਼ਰੂਰ। ਅਤੇ ਜਿੰਨੇ ਵੀ ਅਸੀਂ ਐਕਟੀਵਿਟੀਆਂ ਹੁੰਦੀਆਂ ਨੇ, ਅਸੀਂ ਜਿਵੇਂ ਸੰਯੁਕਤ ਮੋਰਚੇ ਵੱਲੋਂ ਸਾਨੂੰ ਜਿੰਨੀਆਂ ਵੀ ਆਉਂਦੀਆਂ ਨੇ, ਅੱਜ ਜਿਵੇਂ ਅਸੀਂ ਕਾਲੇ ਕਾਨੂੰਨ ਨੇ ਜਾਲੇ ਨੇ ਸਾੜੇ ਨੇ, ਅਤੇ ਮੋਦੀ ਸਰਕਾਰ ਨੂੰ ਇਹ ਕਹਿੰਦੇ ਹਾਂ ਵੀ ਸਾਨੂੰ ਇਹ ਤੇਰੇ ਕਾਲੇ ਕਾਨੂੰਨ ਕਬੂਲ ਨਹੀਂ ਹੈਗੇ, ਇਹਨਾਂ ਨੂੰ ਵਾਪਸ ਲੈ ਲਾ। ਜਿਹੜੇ ਕੋਪਰੇਟ ਘਰਾਣੇ ਨੇ ਉਹ ਅਸੀਂ ਪੰਜਾਬ ਵਿੱਚ ਪੂਰੇ ਮਤਲਬ ਸਾਡੇ ਖੇਤਾਂ ਵਿੱਚ, ਕਿਉਂਕਿ ਸਾਨੂੰ ਪਤਾ ਖੇਤੀ ਕਿਵੇਂ ਹੁੰਦੀ ਹੈ, ਇਹ ਸਾਨੂੰ ਕਿਵੇਂ ਸਿਖਾ ਲੈਣਗੇ ਵੀ ਖੇਤੀ ਕਿਵੇਂ ਕਰਨੀ ਆ। ਸੋ ਇਹੀ ਬੇਨਤੀ ਕਰਦੇ ਹਾਂ ਵੀ ਇਹ ਕਾਲੇ ਕਾਨੂੰਨ ਆਪਣੇ ਵਾਪਸ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਬਹੁਤ ਚਿਰ ਤੋਂ ਇਸੇ ਮੂਵਮੈਂਟ ਤੁਰੇ ਆਉਂਦੇ ਹਾਂ, ਪਰ ਸਾਡੀ ਕਿਸੇ ਵੀ ਸਰਕਾਰਾਂ ਨੇ ਅੱਜ ਤਾਈਂ ਸੁਣੀ ਨਹੀਂ ਹੈ। ਇਹ ਮੋਦੀ ਨੇ ਤਾਂ ਕੀ ਸੁਣਨੀ ਸੀ, ਪਹਿਲੀਆਂ ਨੇ ਵੀ ਨਹੀਂ ਸੁਣੀ। 75-76 ਸਾਲ ਦੀ ਮੇਰੀ ਉਮਰ ਹੈ, ਜਦੇ ਹੀ ਦੁਨੀਆਂ 'ਚ ਚਲੇ ਆਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਇੰਨੇ। ਮੈਂ ਹਰਮਿੰਦਰ ਸਿੰਘ ਰਹਾਉਣ ਜੀ। ਇਹ ਜਦੋਂ ਆਪਣੇ ਸਾਰਿਆਂ ਨੇ ਦੱਸੇ ਦਿੱਤਾ ਆਪ ਜੀ ਨੂੰ, ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਦੀ ਤਾਂ ਅਸੀਂ ਸਵਾਹ ਕਰ ਚੁੱਕੇ ਹਾਂ ਜੀ, ਇਹ ਸਾਨੂੰ ਫਿੱਟ ਨਹੀਂ ਹੈਗੇ। ਇਹ ਤਾਂ ਹੁਣ ਮੋਦੀ ਆ ਸਵਾਹ ਲੈ ਜਾਵੇ, ਚਾਹੇ ਸਾਡੇ ਇਹ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਤੇ ਰੱਖੇ ਜੀ। ਅਸੀਂ ਤਾਂ ਇਹਨਾਂ ਨੂੰ ਖੇਤਾਂ 'ਚ ਵੀ ਨਹੀਂ ਸਵਾਹ ਨੂੰ ਪਾਉਣਾ ਚਾਹੁੰਦੇ ਆਪਦਿਆਂ ਨੂੰ, ਵੀ ਇਹ ਧਰਤੀ 'ਤੇ ਨਾ ਖਿੰਡੇ, ਉਹ ਟਾਪੇ 'ਚ ਪਈ ਆ, ਸਾਂਭੀ ਉਹਦੀ, ਉਹ ਲੈ ਜਾਵੇ। ਅਤੇ ਜਿਹੜੇ ਕਾਲੇ ਕਾਨੂੰਨ ਨੇ ਕੋਈ ਜ਼ਬਰਦਸਤੀ ਅਸੀਂ ਆਪ 'ਤੇ ਲਾਗੂ ਨਹੀਂ ਹੋਣੇ ਦਾਂਗੇ, ਜਦ ਤੱਕ ਇਹ ਮੋਰਚਾ ਚੱਲਦਾ ਸੰਯੁਕਤ ਅਕਾਲੀ ਮੋਰਚੇ ਦੇ ਨਾਲ, ਜਦ ਤੱਕ ਇਹਦੀ ਗਵਾਹੀ ਅਸੀਂ ਸਹੀ ਤਰੀਕੇ ਨਾਲ ਲਵਾਉਂਦੇ ਰਹਾਂਗੇ ਜੋ ਸਾਨੂੰ ਹੁਕਮ ਆਊਗਾ। ਦੋਸਤੋ, ਸਾਡੇ ਨਾਲ ਇਹ ਸੀਗੇ ਕਿਸਾਨ ਜਿਨ੍ਹਾਂ ਨੇ ਅੱਜ ਕਾਲੇ ਕਾਨੂੰਨ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਇਹ ਜਿਹੜੀ ਰਾਖ ਆ, ਅਸੀਂ ਜਿਹੜੀ ਬਿੱਲਾਂ ਦੀ ਰਾਖ ਸਾੜੀ ਆ, ਅਸੀਂ ਨੇ ਇਹ ਆਪਣੇ ਖੇਤਾਂ ਵਿੱਚ ਗਿਰਨੀ ਦੇਣੀ, ਅਤੇ ਫਿਰ ਪੰਜਾਬ ਦੇ ਵਿੱਚ ਇਹ ਕਾਨੂੰਨ ਕਿਵੇਂ ਲਾਗੂ ਹੋ ਜਾਣਗੇ? ਅਸੀਂ ਨਹੀਂ ਲਾਗੂ ਕਰਨ ਦੇਣੇ, ਅਸੀਂ ਲਾਸਟ ਤੱਕ ਸਿਰੇ ਤੱਕ ਇਸ ਕਾਨੂੰਨਾਂ ਦਾ ਵਿਰੋਧ ਕਰਾਂਗੇ। ਤੁਸੀਂ ਵੇਖ ਰਹੇ ਹੋ ਨਿਊਜ਼ 26। ਮੈਂ ਹਾਂ ਲਖਵਿੰਦਰ ਸਿੰਘ ਗਿੱਲ, ਕੈਮਰਾਮੈਨ ਪੰਮਾ ਤਿਮਾਨ। ਜੈ ਹਿੰਦ।